ਅਸਲਾਮ ਵਾਲੇਕੁਮ ਜੀ ਦੋਸਤੋ, ਗੋਂਦਲ ਇੰਟਰਟੇਨਮੈਂਟ ਯੂਟਿਊਬ ਚੈਨਲ ਤਮਾਮ ਦੋਸਤਾਂ ਨੂੰ ਖੁਸ਼ਾਮਦੀਦ ਕਰਨਾ। ਅੱਜ ਇਹਨਾਂ ਭਾਈਰਾਂ ਨਾਲ ਅਸੀਂ ਮੌਜੂਦ ਹਾਂ, ਬੰਪਰ ਵਾਲੀ ਸ਼ਾਪ ਇਹਨਾਂ ਦੀ। ਇਹਨਾਂ ਕੋਲ ਤੁਸੀਂ ਪਹਿਲੇ ਵੀਡੀਓ ਦੇਖੀ ਹੈ, ਜਨਵਰੀ 2022 ਵਿੱਚ ਅਸੀਂ ਇਹਨਾਂ ਕੋਲ ਵੀਡੀਓ ਬਣਾਈ ਆਈ, ਔਰ ਉਹ ਹੀ ਜਿਹੜਾ ਨਾ ਜਨਵਰੀ 2022 ਦੇ ਜਿਹੜੇ ਰੇਟ ਹਨ ਉਹਦੇ ਵਿੱਚ ਸਾਰੀ ਡਿਟੇਲ ਅਸੀਂ ਦਿੱਤੀ ਹੈ, ਜੋ ਕੋਈ ਬੰਪਰਾਂ ਦਾ ਰੇਟ ਹਨ, ਜੋ ਸਾਰਾ ਹਿਸਾਬ ਕਿਤਾਬ। ਅਤੇ ਹੁਣ ਜੀ ਫਰਵਰੀ ਚੱਲ ਰਿਹਾ 2023 ਦਾ, ਅਤੇ ਵੀਡੀਓ ਵੇਖਣ ਬੰਦੇ ਤੁਸੀਂ ਆਪ ਜਾਣਦੇ ਹੋ ਕਿ ਜਿਹੜੀ ਉਦੋਂ ਚੀਜ਼ ਆਈ ਤੋਂ 1 ਸਾਲ ਪਹਿਲਾਂ, ਇਹ ਹੁਣ ਸਾਡੇ ਭਾਈ 85 ਟਰੈਕਟਰ ਲੈ ਕੇ ਆਏ ਨੇ। ਇਹਨਾਂ 6 ਮਹੀਨੇ ਪਹਿਲੇ ਟਰੈਕਟਰ ਬੁੱਕ ਕਰਵਾਇਆ 23 ਲੱਖ ਰੁਪਏ 'ਚ, ਲੇਕਿਨ ਅੱਜ ਉਹ 30 ਲੱਖ ਰੁਪਏ ਦਾ ਭਾਈ, ਇਤਨਾ ਕੀਮਤਾਂ 'ਚ ਫਰਕ ਆ ਗਿਆ। ਅਤੇ ਅਸੀਂ ਭਾਈਰਾਂ ਕੋਲ ਫਿਰ ਹਾਜ਼ਰ ਹੋਏ ਹਾਂ, ਇਹਨਾਂ ਨੇ ਜਿਹੜਾ ਸਾਨੂੰ ਟਾਈਮ ਦਿੱਤਾ ਉਹਨਾਂ ਦਾ ਬਹੁਤ ਸ਼ੁਕਰੀਆ। ਅਤੇ ਇਹਨਾਂ ਦਾ ਮਤਲਬ ਕਿ ਅਸੀਂ ਬੰਪਰਾਂ ਦੇ ਰੇਟ ਇਹਨਾਂ ਕੋਲ ਪੁੱਛਦੇ ਹਾਂ ਕਿ ਉਦੋਂ ਰੇਟ ਕੀ ਸਨ ਅਤੇ ਅੱਜ ਰੇਟ ਕੀ ਸਨ, ਜਾਂ ਕੋਈ ਜ਼ਹਿਰ ਜ਼ਿਆਦਾ ਹੀ ਹੋਏ ਉਹਨਾਂ, ਘੱਟ ਤਾਂ ਹੋਏ ਕੋਈ ਨਹੀਂ ਹੋਣੇ। ਅਤੇ ਬਸ ਤੁਸੀਂ ਮਤਲਬ ਕਿ ਕੁਆਲਿਟੀ ਤੁਹਾਡੀ ਉਹ ਹੀ ਹੈ ਜਾਂ ਕੁਆਲਿਟੀ 'ਚ ਕੋਈ ਫਰਕ ਆਇਆ? ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਕੁਆਲਿਟੀ ਤਾਂ ਬਰਕਰਾਰ ਹੈ, ਲੇਕਿਨ ਰੇਟ ਕਾਫੀ ਜਿਹੜੇ ਨਾ ਵੱਧ ਗਏ ਨੇ। ਉਹਦੀ ਵਜ੍ਹਾ ਹੈ ਕਿ ਡਾਲਰ ਕੰਟਰੋਲ ਨਾ ਹੋਣ ਦੀ ਵਜ੍ਹਾ ਤੋਂ ਕਾਫੀ ਸਾਰੀ ਹਰ ਚੀਜ਼ ਯਾਨੀ ਕਿ ਮੁਤਾਸਰ ਹੈ। ਇਸੇ ਤਰ੍ਹਾਂ ਲੋਹਾ ਵੀ ਮੁਤਾਸਰ ਹੈ, ਲੋਹੇ ਦੇ ਮੁਤਲਕਾ ਸਾਰਾ ਸਮਾਨ ਜਿਹੜਾ ਮੁਤਾਸਰ ਹੈ। ਜਦੋਂ ਅਸੀਂ ਤੁਹਾਡੇ ਕੋਲ ਆਏ ਸਾਂ ਉਦੋਂ ਤਕਰੀਬਨ ਪੈਟਰੋਲ 140 ਰੁਪਏ ਲੀਟਰ ਆਈ, ਅੱਜ 275 ਰੁਪਏ ਹੋ ਗਿਆ। ਜੀ ਜੀ, ਇਸੇ ਤਰ੍ਹਾਂ ਲੋਹਾ ਵੀ ਜਿਹੜਾ ਉਹ ਬਹੁਤ ਅੱਪ ਹੋ ਗਿਆ, ਉਹਦੀ ਕੀਮਤ ਵੱਧ ਗਈ। ਅੱਛਾ, ਇਹ ਟਰੈਕਟਰ ਕਿਹੜੇ ਟਰੈਕਟਰ ਦਾ ਬੰਪਰ ਪਿਆ? ਗਾਜ਼ੀ ਫੀਅਟ ਦੋਵਾਂ ਟਰੈਕਟਰਾਂ ਦਾ ਬੰਪਰ ਹੈ। ਅੱਛਾ, ਹਾਂਜੀ, ਗਾਜ਼ੀ ਨੂੰ ਲਗਾ ਲਓ ਜਾਂ ਫੀਅਟ ਟਰੈਕਟਰ ਨੂੰ ਲਗਾ ਲਓ, 640 ਨੂੰ ਲਾ ਲਓ। ਅੱਛਾ, ਅੱਜ ਦੀ ਡੇਟ ਵਿੱਚ ਮਤਲਬ ਫਰਵਰੀ ਦੇ ਇਹ ਹੁਣ ਜਿਹੜੇ ਜਨਾਬ ਰੇਟ ਦੱਸਣ ਲੱਗੇ ਨੇ, ਇਹ ਸਮਝ ਲਓ ਕਿ ਅੱਜ 20 ਤੋਂ 25 ਫਰਵਰੀ ਹੈ 2023, ਇਹ ਰੇਟ ਹੋਣੇ ਨੇ। ਅਗਰ ਮਹੀਨੇ ਦੋ 6 ਮਹੀਨੇ ਬਾਅਦ ਤੁਸੀਂ ਵੀਡੀਓ ਵੇਖਦੇ ਹੋ ਤਾਂ ਫਿਰ ਉਹਦੇ ਵਿੱਚ ਇਹ ਰੇਟ ਨਹੀਂ ਹੋਣੇ, ਮੌਜੂਦਾ ਜਿਹੜਾ ਮਾਰਕੀਟ ਦਾ ਰੇਟ ਹੈ ਉਹ ਰੇਟ ਲੱਗਣ ਦੇ। ਇੰਜੀ ਹੈ ਜਨਾਬ ਜੀ? ਬਿਲਕੁਲ ਇਸ ਤਰ੍ਹਾਂ ਹੀ। ਅੱਛਾ, ਇਹਦਾ ਕੀ ਰੇਟ ਹੈ ਚੱਲ ਰਿਹਾ ਭਾਈ ਜਾਨ? ਇਹ ਮੌਜੂਦਾ ਰੇਟ ਹੈ ਬੰਪਰ ਦਾ 20,000 ਰੁਪਏ ਰੇਟ ਹੈ, ਲੇਕਿਨ ਇਸ ਡਿਜ਼ਾਈਨਿੰਗ ਵਿੱਚ ਅਗਰ ਲੋਹਾ ਜ਼ਿਆਦਾ ਲਾਇਆ ਜਾਏ ਤੇ ਇਹ ਬੰਪਰ 50,000 ਤੱਕ ਜਿਹੜਾ ਪਹੁੰਚ ਜਾਏਗਾ। ਇਸੇ ਡਿਜ਼ਾਈਨ ਵਿੱਚ? ਇਸ ਡਿਜ਼ਾਈਨ ਵਿੱਚ ਉਹ ਵਜ਼ਨ ਜ਼ਿਆਦਾ ਹੋ ਜਾਣਾ। ਇਹਦਾ ਵਜ਼ਨ ਕਿੰਨਾ ਕੁ? ਇਹਦਾ ਵਜ਼ਨ ਤਕਰੀਬਨ ਬਣ ਜਾਂਦਾ ਜੇ 50 ਕਿਲੋ। ਇਸ ਤੋਂ ਪਿੱਛੇ ਇੱਕ ਹੋਰ ਬੰਪਰ ਆ ਜਾਂਦੇ ਨੇ, ਇਹ ਤੁਸੀਂ ਆਪ ਹੀ ਡਿਟੇਲ ਦਿੰਦੇ ਰਹੋ ਜੀ। ਇਹ ਵੀ 50 ਕਿਲੋ ਵਜ਼ਨ ਦਾ ਬੰਪਰ ਜੇ, ਫੀਅਟ ਦਾ ਬੰਪਰ ਜੇ, ਤੇ ਇਹ ਇਹਦਾ ਰੇਟ ਜਿਹੜਾ ਜੋ 22,000 ਰੁਪਇਆ ਜੇ। ਅਗਰ ਇਹਦੇ ਵਿੱਚ ਮਜ਼ੀਦ ਵਜ਼ਨੀ ਕਰੋਗੇ ਤੇ 50,000 ਤੱਕ ਪਹੁੰਚ ਜਾਏਗਾ, 35,000 ਦਾ, 40,000 ਦਾ, ਉਹ ਵਜ਼ਨ ਦੇ ਹਿਸਾਬ ਤੇ ਹੋਏਗਾ। ਇਸ ਦੇ ਪਿੱਛੇ ਜੀ ਕਾਫੀ ਖੂਬਸੂਰਤ ਦੁਕਾਨ ਹੈ, ਪਹਿਲੇ ਵੀ ਅਸੀਂ ਤੁਹਾਨੂੰ ਵਿਖਾਈ ਹੈ। ਤੇ ਇਹਨਾਂ ਕੋਲ ਜਿਹੜਾ ਨਾ ਉਹ ਕਾਫੀ ਮਿਕਦਾਰ ਵੀ ਮਟੀਰੀਅਲ ਵੀ ਆ, ਕੋਈ ਛੋਟਾ ਮੋਟਾ ਦੇਖ ਦੋ ਚੀਜ਼ਾਂ ਨਹੀਂ, ਤਿਆਰ ਕਰਕੇ ਬਾਹਰ ਵੀ ਰੱਖੇ ਨਾ, ਅੰਦਰ ਵੀ ਸਾਰੀਆਂ ਚੀਜ਼ਾਂ ਪਈਆਂ ਨੇ। ਅੱਛਾ, ਇਹ ਅੱਗੇ ਬੰਪਰ ਕਿਹੜੇ? ਬਿਲਾਰਸ ਦੇ ਵੀ ਆ ਜੀ? ਜੀ ਭਾਈ ਜਾਨ, ਇਹ ਬੰਪਰ ਜੇ 260 ਮੈਸੀ ਦਾ ਜੀ, ਇਹ 25,000 ਰੁਪਏ ਦਾ ਜੀ, ਤੇ ਮਜ਼ੀਦ ਅਗਰ ਵਜ਼ਨੀ ਕਰੋਗੇ ਤੇ ਕੀਮਤ ਵੱਧ ਜਾਏਗੀ। ਬਾਕੀ ਜੀ ਹੁੱਕ ਵੀ ਇਹਨਾਂ ਕੋਲ ਮੌਜੂਦ ਹਨ, ਟਰੈਕਟਰ ਦੀਆਂ ਹੁੱਕ ਵੀ ਹਨ, ਉਹਨਾਂ ਦਾ ਵੀ ਬਾਰੇ ਰੇਟ ਪੁੱਛਦੇ ਹਾਂ। ਤੇ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਆਏ ਸਾਂ 2022 ਜਨਵਰੀ ਵਿੱਚ, ਜੀ ਜੀ, ਉਦੋਂ ਜਿਹੜਾ ਬੰਪਰ 20,000 ਰੁਪਏ ਦਾ, ਅੱਜ ਉਹ ਕਿਤਨੇ ਦਾ? ਮੌਜੂਦਾ ਰੇਟ ਦੇ ਮੁਤਾਬਕ ਉਹ ਕਮ ਸੇ ਕਮ 28,000 ਰੁਪਏ ਦਾ ਹੋ ਗਿਆ। ਉਦੋਂ ਜਿਹੜਾ 20,000 ਤੇ ਅਸੀਂ ਆਏ 28,000 ਰੁਪਏ ਫਰਵਰੀ 2023 ਚ, ਠੀਕ ਹੈ। ਤੇ ਬਾਕੀ ਇਸ ਤੋਂ ਪਿੱਛੇ ਆ ਬੰਪਰ ਪਿਆ ਨੇ, ਇਹ ਕਿਹੜੇ ਕਿਹੜੇ ਟਰੈਕਟਰਾਂ ਦੇ? ਇਹ ਭਾਈ ਜਾਨ ਇਸੇ ਤਰ੍ਹਾਂ ਇੱਧਰ ਆ ਜਾਓ, ਇਹ 375 ਦਾ ਬੰਪਰ ਜੀ। ਜੀ ਜੀ, ਇਹ ਹਲਕੇ ਮਾਲ ਵਿੱਚ ਇਹਦੀ ਕੀਮਤ 30,000 ਰੁਪਏ ਹੈ, ਲੇਕਿਨ ਇਹ ਵਜ਼ਨੀ ਕਰ ਦਿਓ ਤੇ ਇਹ ਕਮ ਸੇ ਕਮ 40,000 ਰੁਪਏ ਦਾ ਹੋ ਜਾਏਗਾ। ਇਹਦਾ ਵਜ਼ਨ ਕਿੰਨਾ ਹੋਣਾ? ਇਹਦਾ ਵਜ਼ਨ ਜੇ 60 ਕਿਲੋ। 60 ਕਿਲੋ, ਹਾਂਜੀ, ਠੀਕ ਹੈ। ਤੇ ਉਸ ਤੋਂ ਪਿੱਛੇ ਇਹ ਕਿਹੜੇ ਆ ਜਾਂਦੇ ਨੇ ਜੀ? ਇਹ ਬੰਪਰ ਅੱਗੇ 85 ਦਾ, ਇਹਦਾ ਵਜ਼ਨ ਜੇ 75 ਕਿਲੋ, ਤੇ ਇਹਦੀ ਕੀਮਤ ਜੇ 45,000 ਰੁਪਏ। ਹਾਂਜੀ, ਤੁਹਾਡੇ ਕੋਲ ਸਭ ਤੋਂ ਮਹਿੰਗਾ ਬੰਪਰ ਕਿਹੜਾ ਪਿਆ ਹੋਇਆ? ਸਾਡੇ ਕੋਲ ਮਹਿੰਗਾ ਬੰਪਰ ਰੂਸੀ ਦਾ, ਉਹ ਬਾਹਰ ਪਿਆ, ਥੋੜੀ ਦੇਰ ਬਾਅਦ ਤੁਹਾਨੂੰ ਚੈੱਕ ਕਰਾਂਗੇ। ਅੱਛਾ, ਉਹ ਬਾਅਦ ਚੈੱਕ ਕਰਾਂਗੇ। ਹਾਂਜੀ, ਬਾਕੀ ਇਹ ਪਿੱਛੇ ਜਿਹੜੇ ਪੈਣ, ਇਹ ਮਤਲਬ ਕਿ ਤੁਸੀਂ ਇਹ ਦੱਸੋ ਕਿ ਜਿਹੜੇ ਬੰਪਰ ਡਿਜ਼ਾਈਨ ਪੈਣ,
ਫੀਟ 46, 480, ਗਾਜ਼ੀ ਜਾਂ ਮੈਸੀ 375, 85, ਤਕਰੀਬਨ ਡਿਜ਼ਾਈਨ ਸੇਮ ਹੀ ਹੈ? ਤੇ ਡਿਜ਼ਾਈਨ ਜੋ ਵੀ ਹੋਏਗਾ ਉਹ ਇਨਸ਼ਾਅੱਲਾ ਤਾਲਾ ਬਣਾ ਦੇਵਾਂਗੇ, ਡਿਜ਼ਾਈਨ ਦਾ ਕੋਈ ਮਸਲਾ ਨਹੀਂ ਜੀ। ਡਿਜ਼ਾਈਨ ਜੋ ਅਗਰ ਕੋਈ ਬੰਦਾ ਤੁਹਾਨੂੰ ਫੋਟੋ ਦਿੰਦਾ ਜੀ, ਉਹਦੇ ਮੁਤਾਬਕ ਬਣਾ ਦਿਓ? ਡਿਜ਼ਾਈਨ ਫੋਟੋ ਦੇ ਤਸਵੀਰ ਦੇ ਮੁਤਾਬਕ ਬਣ ਜਾਏਗਾ। ਉਹ ਜਿਸ ਤਰ੍ਹਾਂ ਦੀ ਯਾਨੀ ਕਿ ਤਸਵੀਰ ਵਿੱਚ ਫੋਟੋ ਹੋਏਗੀ, ਜਿਸ ਤਰ੍ਹਾਂ ਦਾ ਲੋਹਾ ਹੋਏਗਾ ਉਸੇ ਤਰ੍ਹਾਂ ਦਾ ਲੋਹਾ ਵੀ ਲੱਗੇਗਾ, ਔਰ ਉਹਦੇ ਮੁਤਾਬਕ ਉਹ ਫਿਰ ਪੈਸੇ ਵੀ ਉਸਦੇ ਮੁਤਾਬਕ ਹੀ ਹੋਣਗੇ। ਅਗਰ ਕੋਈ ਬੰਦਾ ਦੂਰ ਤੋਂ ਵੀਡੀਓ ਤੁਹਾਡੀ ਵੇਖ ਰਿਹਾ, ਤੁਸੀਂ ਡਿਲੀਵਰੀ ਦੇ ਰਹੇ ਹੋ, ਡਿਲੀਵਰੀ ਚਾਰਜਸ ਤੇ ਉਹਨਾਂ ਦੇਣੇ ਜੀ? ਡਿਲੀਵਰੀ ਚਾਰਜਸ ਗਾਹਕ ਦੇ ਜ਼ਿੰਮੇ ਹੋਣਗੇ, ਉਹ ਬਿਲਟੀ ਦਾ ਜ਼ਰੀਆ ਹੋ ਜਾਏਗਾ ਜਾਂ ਗਾਹਕ ਖੁਦ ਆ ਕੇ ਲਿਜਾ ਸਕਦਾ। ਬਾਕੀ ਜੀ ਦੂਸਰੀ ਗੱਲ ਇਹ ਕਿ ਅਗਰ ਤੁਸੀਂ ਫੋਨ ਤੇ ਡਿਲੀਵਰੀ ਲੈਣਾ ਚਾਹੁੰਦੇ ਹੋ ਨਾ, ਸਾਡੇ ਚੈਨਲ ਦੇ ਹਵਾਲੇ ਨਾਲ ਅਸੀਂ ਇਹਨਾਂ ਦੀ ਗਰੰਟੀ ਦਿੰਦੇ ਹਾਂ ਕਿ ਤੁਸੀਂ ਪੈਸੇ ਇਹਨਾਂ ਦੇ ਅਕਾਊਂਟ ਵਿੱਚ ਕਰਾ ਦਿਓ, ਜਿਹੜੇ ਤੁਹਾਡੇ ਵਜ਼ਨ ਦੇ ਹਿਸਾਬ ਨਾਲ ਬੰਪਰ ਦੇ ਹਿਸਾਬ ਨਾਲ ਫਾਈਨਲ ਹੋ ਜਾਣ, ਤੁਸੀਂ ਪੈਸੇ ਇਹਨਾਂ ਨੂੰ ਸੈਂਡ ਕਰ ਦਿਓ। ਬਾਕੀ ਜਿਹੜੇ ਡਿਲੀਵਰੀ ਚਾਰਜਸ ਨੇ ਉਹ ਤੁਹਾਨੂੰ ਸੈਂਡ ਕਰਨੇ ਨਾ ਜਾਂ ਉੱਤੇ ਦੇਣੇ? ਤੁਸੀਂ ਡਿਲੀਵਰੀ ਚਾਰਜਸ ਉੱਥੇ ਹੀ ਯਾਨੀ ਕਿ ਜੋ ਬਿਲਟੀ ਵਾਲਾ ਅੱਡਾ ਹੋਏਗਾ ਨਾ ਉੱਥੇ ਜਮ੍ਹਾਂ ਕਰਾਉਣਾ? ਹਾਂ, ਡਿਲੀਵਰੀ ਚਾਰਜਸ ਤੁਸੀਂ ਉੱਥੇ ਦਿਓਗੇ ਤੇ ਬਾਕੀ ਤੁਸੀਂ ਜਿਹੜਾ ਨਾ ਬੰਪਰ ਦੇ ਪੈਸੇ ਉਹ ਇਹਨਾਂ ਨਾਲ ਆਨਲਾਈਨ ਕਰਾ ਸਕਦੇ ਹੋ, ਉਹ ਕੋਈ ਮਸਲਾ ਨਹੀਂ। ਕੋਈ ਇਹਦਾ ਨਹੀਂ ਚੱਕਰ ਹੋਣ ਲੱਗਾ ਕਿ ਤੁਸੀਂ ਮਤਲਬ ਕਿ ਪੈਸੇ ਕਰਾਉਂਦੇ ਹੋ ਤੁਹਾਡੇ ਮਤਲਬ ਜੀ ਜ਼ਾਤੀ ਆਪਣੀ ਸ਼ਾਪ ਤੇ ਕੋਈ ਮਸਲਾ ਨਹੀਂ ਜੀ। ਜ਼ਾਤੀ ਜੀ ਅਸੀਂ ਵੀ ਇਹਨਾਂ ਨੂੰ ਹੁਣ 2-3 ਸਾਲ ਤੋਂ ਜਾਣਦੇ ਹਾਂ, ਕੋਈ ਐਸਾ ਚੱਕਰ ਨਹੀਂ। ਔਰ ਬੰਦਿਆਂ ਦੇ ਜ਼ਿਹਨ ਵਿੱਚ ਡਾਊਟ ਬਣ ਜਾਂਦਾ ਨਾ ਯਾਰ ਪੈਸੇ ਲੈ ਕੇ ਪਤਾ ਮਤੇ ਸ਼ਾਇਦ ਨਾ ਹੀ ਗੱਲ ਨਾ ਜੀ, ਕੋਈ ਐਸਾ ਮਸਲਾ ਨਹੀਂ ਇਨਸ਼ਾਅੱਲਾ ਜੀ। ਬਾਕੀ ਇਸ ਮਾਦ ਦਾ ਨਾ ਜਾਂ ਇਸ ਤੋਂ ਇਲਾਵਾ ਜੀ ਜੀ ਲੋਕੇਸ਼ਨ ਦਾ ਉਹ ਦੱਸਦੇ ਆ, ਇਹ ਹੁੱਕ ਜੀਆਂ ਪਈਆਂ ਨੇ ਇਹਨਾਂ ਕੋ, ਇਹ ਵਿਖਾਓ ਨਾ ਜੀ, ਇਹ ਬਿਲਾਰਸ ਦੀ ਹਮੇਸ਼ਾ ਚਾਰੇ ਹੁੱਕਾਂ ਪਈਆਂ। ਇਹ ਸਰ ਰੂਸੀ ਟਰੈਕਟਰ ਦੀ ਹੁੱਕ ਜੀ ਠੀਕ ਹੈ ਜੀ, ਇਹ ਰੂਟਾਵੇਟਰ ਵਾਲੀ ਹੁੱਕ ਹੈ। ਅੱਛਾ ਜੀ ਠੀਕ ਹੈ, ਇਹਦੇ ਰੂਟਾਵੇਟਰ ਵੀ ਚੱਲਦਾ ਜੀ? ਰੂਟਾਵੇਟਰ ਯਾਨੀ ਕਿ ਇਹਦਾ ਵਿਚਲਾ ਹਿੱਸਾ ਅਲੱਗ ਹੋ ਗਿਆ, ਕਿਲੀਆਂ ਖੋਲ ਲਈ ਰੂਟਾਵੇਟਰ ਚੱਲਦਾ, ਪਲੇਟ ਲੱਗੀ ਰਹਿੰਦੀ ਹੈ। ਉਹ ਸਮਝ ਆ ਗਈ, ਇਹ ਕਿਲੀ ਉਤਾਰ ਕੇ ਇਹ ਹਿੱਸਾ ਲੈਦਾ ਹੋ ਜਾਏਗਾ, ਔਰ ਇਹ ਰੂਟਾਵੇਟਰ ਵਗੈਰਾ ਔਰ ਥ੍ਰੈਸ਼ਰ ਵਗੈਰਾ ਵਾਸਤੇ ਬਿਹਤਰ। ਮੇਰੇ ਖਿਆਲ ਹੈ ਸਾਰੀਆਂ ਬਿਲਾਰਸ ਦੀਆਂ ਨਹੀਂ ਹੁੱਕਾਂ ਪਈਆਂ? ਇਹ ਅੱਗੇ ਜਿਹੜੀ ਹੈ 385 ਔਰ 375 ਜੀ ਜੀ, 260 ਦੀ ਹੁੱਕ ਜੀ। ਇਹ ਵੀ ਰੂਟਾਵੇਟਰ ਵਾਲੀ ਹੈ, ਇਹਦੇ ਨਾਲ ਇਹ ਸਾਦੀ ਹੁੱਕ ਹੈ, ਇਹ ਰੂਟਾਵੇਟਰ ਇਹਦੇ ਵਿੱਚ ਨਹੀਂ ਚੱਲੇਗਾ, ਇਹਦੇ ਵਿੱਚ ਚੱਲੇਗਾ ਠੀਕ ਹੈ ਜੀ। ਬਾਕੀ ਫੀਟ ਦੀ ਕੋਈ ਨਹੀਂ ਪਈ ਹੋਈ? ਫੀਟ ਦੀ ਵੀ ਮੌਜੂਦ ਹੈ। ਅੱਛਾ, ਉਹ ਦਿਖਾ ਦਿਓ ਫੀਟ ਦੀ। ਫੀਟ ਦੀ ਹੁੱਕ ਹੈ ਪਿੱਛੇ, ਸਾਡੇ ਬੰਦੇ ਜ਼ਿਆਦਾ ਫੈਨ ਫੀਟ ਦੇ ਨਾ। ਅੱਛਾ, ਫੀਟ ਦੀ ਹੁੱਕ ਪਈ ਜੀ, ਇਹਨਾਂ ਦਾ ਕੀ ਰੇਟ ਸ਼ੇਟ ਜੀ? ਭਾਜੀ ਮੌਜੂਦਾ ਰੇਟ ਜਿਹੜਾ ਜੇ ਇਹਦਾ ਹੁੱਕ ਦਾ 18,000 ਰੁਪਇਆ ਜੇ, ਇਹ 25,000 ਰੁਪਇਆ ਜੇ ਠੀਕ ਹੈ। ਯਾਨੀ ਕਿ ਜਿਹੜੀ ਰੂਟਾਵੇਟਰ ਵਾਲੀ ਉਹਦਾ 25,000 ਰੁਪਇਆ, ਜਿਹੜੀ ਸਾਦੀ ਹੈ ਉਹ 18,000 ਰੁਪਏ ਦੀ, ਇਹ ਕੜਿਆਂ ਦੀ ਹੁੱਕ ਕਹਿੰਦੇ ਨੇ। ਠੀਕ ਹੈ ਠੀਕ ਹੈ ਜੀ ਜੀ ਠੀਕ ਹੈ। ਇਸ ਤੋਂ ਇਲਾਵਾ ਬਾਕੀ ਇਹਨਾਂ ਕੋਲ ਜੇ ਸਾਰੀ ਡੈਕੋਰੇਸ਼ਨ ਵੀ ਮੌਜੂਦ ਹੈ, ਟਰੈਕਟਰ ਦੀ ਜਿਹੜੀ ਆ ਛੱਤ ਉੱਤੇ ਹੁੰਦੀ ਹੈ, ਕੇਬਨ 'ਤੇ ਹੁੰਦੀ ਹੈ, ਇਹ ਸਾਰੀ ਤੁਸੀਂ ਵੇਖ ਸਕਦੇ ਹੋ ਇਹ ਉੱਤੇ। ਅਤੇ ਇਹ ਸ਼ਾਪ ਹੈ ਜੀ, ਇਸ ਵਕਤ ਫਾਲੀਆ ਰੋਡ ਜ਼ਿਲ੍ਹਾ ਮੰਡੀ ਬਵਲਦੀਨ ਸ਼ਹਿਰ ਵਿੱਚ ਮੌਜੂਦ ਹੈ ਦੁਕਾਨ, ਅਤੇ ਤਹਿਸੀਲ ਵੀ ਮੰਡੀ ਬਵਲਦੀਨ ਹੀ ਹੈ। ਬਾਕੀ ਜੋ ਕੋਈ ਚੀਜ਼ਾਂ ਇਹਨਾਂ ਕੋਲ ਦੁਕਾਨਾਂ ਉਹ ਵਿਖਾ ਦਿੱਤੀਆਂ ਨੇ। ਅਤੇ ਅਗਰ ਕੋਈ ਗੱਲ ਜਨਾਬ ਕੋਈ ਗੱਲ ਜਿਹੜੀ ਸੀ ਨਾ ਪੁੱਛੀ ਹੋਵੇ, ਕੋਈ ਦੱਸਣਾ ਚਾਹੁੰਦੇ ਹੋ ਆਪਣੀ ਤਰਫੋਂ? ਆਪਣੀ ਤਰਫੋਂ ਕਿ ਡੈਕੋਰੇਸ਼ਨ ਦਾ ਸਾਰਾ ਸਮਾਨ ਮੌਜੂਦ ਹੈ ਜੀ ਜੀ, ਹਾਂ ਉਹ ਅਗਰ ਕੋਈ ਲੈਣਾ ਚਾਹੇ ਤਾਂ ਉਹ ਵੀ ਮਿਲ ਜਾਏਗਾ। ਟਰੈਕਟਰ ਇੱਥੇ ਲਿਆਉਣਾ ਨਾ ਉਹ ਤਾਂ ਹੀ ਡੈਕੋਰੇਸ਼ਨ ਹੋਣੀ ਜੀ, ਬਿਲਕੁਲ ਬਿਲਕੁਲ, ਜਾਂ ਕੇਬਨ ਇੱਥੇ ਬਣਵਾ ਕੇ ਲਿਜਾ ਵੀ ਸਕਦੇ ਨੇ, ਡੈਕੋਰੇਸ਼ਨ ਦਾ ਸਮਾਨ ਲਿਜਾ ਕੇ ਆਪੇ ਲਗਾ ਸਕਦੇ ਨੇ ਟਰੈਕਟਰ ਨੂੰ ਠੀਕ ਹੈ। ਹਾਂਜੀ ਠੀਕ ਜੀ ਜੀ, ਇਹ ਸਾਹਮਣੇ ਤਾਜ਼ ਦੀ ਵੈਰਾਈਟੀ ਪਈ ਹੈ, ਜ਼ਰਾ ਕਹਿੰਦੇ ਭਾਈ ਵੀ ਖਾਜ ਦੀ ਦਿਆ ਤਾਜ ਵਗੈਰਾ, ਮਤਲਬ ਤੁਹਾਨੂੰ ਦੱਸ ਦਿੱਤਾ ਡੈਕੋਰੇਸ਼ਨ ਦਾ ਜਿੰਨਾ ਕਿ ਸਮਾਨ ਹੈ, ਜਿੰਨਾ ਕਿ ਸਮਾਨ ਹੈ ਉਹ ਲਾਈਟਾਂ ਵਗੈਰਾ ਵੀ ਤੁਹਾਡੇ ਕੋਲ? ਲਾਈਟਾਂ ਵਗੈਰਾ ਵੀ ਹਨ ਜੀ, ਲਾਈਟਾਂ ਵਗੈਰਾ ਵੀ ਹਨ। ਅੱਛਾ, ਇਲੈਕਟ੍ਰੀਸ਼ੀਅਨ ਦਾ ਕੰਮ ਵੀ ਠੀਕ ਹੈ। ਅੱਛਾ ਬਾਕੀ ਜੀ, ਪਹਿਲੇ ਵੀਡੀਓ 'ਚ ਵੀ ਨੰਬਰ ਦਿੱਤਾ ਹੈ ਇਹਨਾਂ ਦਾ, ਅਤੇ ਆਈ ਫਿਰ ਨੰਬਰ ਦੇ ਦਿੰਦੇ, ਅਗਰ ਕੋਈ ਬੰਦੇ ਪਹਿਲੀ ਵੀਡੀਓ ਨਾ ਵੇਖੀ ਹੋਵੇ ਤਾਂ ਇਹ ਵੀਡੀਓ ਵੇਖ ਰਹੇ ਹੋਣ।
ਨੰਬਰ ਜਨਾਬ ਆਪਣਾ ਜਿਹੜਾ ਨਾ, ਔਰ ਬਾਕੀ ਜੀ ਤੁਹਾਨੂੰ ਟਾਈਮ ਵੀ ਦੱਸ ਦਿੰਦੇ ਹਾਂ ਕਿ ਕਿਸ ਟਾਈਮ ਤੁਸੀਂ ਕਾਲ ਕਰ ਸਕਦੇ ਹੋ, ਕਿਉਂਕਿ ਕਾਰੋਬਾਰ ਦੇ ਇਹ ਭਾਈ ਵਿਖਾ ਦੇ ਪਿਆ, ਨੰਬਰ ਬੋਲ ਵੀ ਦਿੰਦੇ ਹਾਂ ਅਤੇ ਕਾਰਡ ਵੀ ਸਾਹਮਣੇ ਕਰੋ, ਬ੍ਰੇਕ ਲਾ ਕੇ ਵੇਖ ਲੈਂਦੇ ਨੰਬਰ। ਅੱਛਾ ਜੀ, ਅਲਿਆਸ ਕਾਦਰੀ ਸਾਹਿਬ 0362-98-117 0362-98-117 ਇਹ ਜੀ ਫੋਨ ਨੰਬਰ ਹੈ ਆਪਣਾ, ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਬੰਪਰ ਲੈਣਾ, ਹੁੱਕ ਲੈਣੀ ਹੈ ਜਾਂ ਡੈਕੋਰੇਸ਼ਨ ਵਗੈਰਾ, ਕੋਈ ਵੀ ਅਗਰ ਕੰਮ ਹੈ ਇਸ ਕਿਸਮ ਦਾ, ਤੁਸੀਂ ਉਹਨਾਂ ਨਾਲ ਰਾਬਤਾ ਕਰ ਸਕਦੇ ਹੋ ਜੀ। ਅੱਲਾ ਹਾਫਿਜ਼, ਥੈਂਕ ਯੂ।